ਯੂਥ ਬੁਆਇਜ਼ ਫਾਊਂਡੇਸ਼ਨ ਫਗਵਾੜਾ ਵੱਲੋਂ ਸ਼ੰਕਰਾ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਆਪਰੇਸ਼ਨ ਕੈਂਪ 3 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਰਾਮਗੜ੍ਹੀ ਇੰਸਟੀਚਿਊਟ ਆਫ ਹੈਲਥ ਸਾਇੰਸ ਐਂਡ ਰਿਸਰਚ ਸੈਂਟਰ ਸਤਨਾਮਪੁਰਾ ਫਗਵਾੜਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਢੱਟ ਨੇ ਦੱਸਿਆ ਕਿ ਆਪਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਲਈ ਆਧਾਰ ਕਾਰਡ ਲਿਆਉਣਾ ਲਾਜ਼ਮੀ ਹੋਵੇਗਾ। ਇਸ ਲਈ ਲੋੜਵੰਦ ਮਰੀਜ਼ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਨਾਲ ਲੈ ਕੇ ਜ਼ਰੂਰ ਆਉਣ। ਉਹਨਾਂ ਸਮੂਹ ਫਗਵਾੜਾ ਵਾਸੀਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਸਾਡਾ ਜਿਹੜਾ ਕੈਂਪ ਹੈ ਜੀ, ਪਿਛਲੇ ਸਾਲ ਵੀ ਲੱਗਾ ਸੀਗਾ ਸ਼ੰਕਰਾਈ ਹੋਸਪਿਟਲ SNJ ਚੈਰੀਟੇਬਲ ਟਰਸਟ UK ਦੇ ਸਹਿਯੋਗ ਨਾਲ, ਅਤੇ ਇਸ ਵਾਰ ਵੀ ਅਸੀਂ ਪਰਸੋਂ 3 ਮਈ ਨੂੰ ਸ਼ੁੱਕਰਵਾਰ ਨੂੰ ਕੈਂਪ ਲਵਾਉਣ ਜਾ ਰਹੇ ਹਾਂ। ਅਤੇ ਮੇਰੀ ਤਾਂ ਇਹੀ ਅਪੀਲ ਹੈ ਤੁਹਾਡੇ ਸਾਰਿਆਂ ਦੇ ਮਾਧਿਅਮ 'ਚੋਂ ਕਿ ਵੱਧ ਤੋਂ ਵੱਧ ਲੋਕ ਤੁਸੀਂ ਆਓ ਅਤੇ ਆਪਣੀ ਅੱਖਾਂ ਦਾ ਚੈੱਕਅਪ ਕਰਵਾਓ, ਕਿਉਂਕਿ ਇਹ ਮੌਕਾ ਕੋਈ ਕੋਈ ਦਿੰਦਾ ਹੈ, ਕੋਈ NGOs ਕਰਦੀਆਂ ਕਿ ਲੋਕਾਂ ਦੀ ਭਲਾਈ, ਅਤੇ ਮੈਂ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਇਸ ਦਾ ਫਾਇਦਾ ਚੱਕੋ ਤਾਂ ਕਿ ਤੁਹਾਡੀ ਅੱਖਾਂ ਦਾ ਜਿਹੜਾ ਇਲਾਜ ਫ੍ਰੀ ਔਫ ਕੋਸਟ ਹੋ ਸਕੇ। ਇਹਦੇ ਵਿੱਚ ਕੋਈ ਖਰਚਾ ਪੇਸ਼ੈਂਟ ਦਾ ਨਹੀਂ ਹੋਏਗਾ, ਸਾਰਾ ਖਰਚਾ NGO ਚੱਕੇਗੀ, ਆਉਣ ਜਾਣ ਦਾ ਜੋ ਵੀ ਹੈ, ਦਵਾਈਆਂ ਦਾ ਸਾਰਾ ਕੁਛ, ਅਤੇ ਉਸ ਤੋਂ ਬਾਅਦ ਵੀ ਆਪਰੇਸ਼ਨ ਤੋਂ ਬਾਅਦ ਵੀ ਘੱਟੋ ਘੱਟ 6 ਮਹੀਨੇ ਸਾਡੀ ਟੀਮ ਹੈ ਜਿਹੜੀ ਉਹ ਇਹਨਾਂ ਨਾਲ ਸੰਪਰਕ 'ਚ ਰਹਿੰਦੀ ਹੈ ਕਿ ਜੇ ਕੋਈ ਪ੍ਰੋਬਲਮ ਆਉਂਦੀ ਅਸੀਂ ਫਿਰ ਇਹਨਾਂ ਦਾ ਇਲਾਜ ਜਾਂ ਕੁਛ ਵੀ ਹੋਗਾ ਤਾਂ ਉਹ ਵੀ ਨਾਲ ਕਰਵਾਉਂਦੇ। ਸਰ, 3 ਮਈ ਨੂੰ ਜਿਹੜਾ ਤੁਹਾਡਾ ਕੈਂਪ ਲਗਾਇਆ ਜਾ ਰਿਹਾ, ਇਹਦੀ ਜਗ੍ਹਾ ਕਿਹੜੀ ਆ ਅਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਪੇਸ਼ੈਂਟ ਇੱਥੇ ਜੇ ਆ ਸਕਦਾ ਕੋਈ ਪਰਸਨ ਜਿਹੜਾ? ਇਹਦੀ ਜਗ੍ਹਾ ਹੈ ਜੀ ਰਾਮਗੜ੍ਹੀਆ ਇੰਸਟੀਟਿਊਟ ਆਫ ਹੈਲਥ ਸਾਇੰਸ ਰਿਸਰਚ ਫਗਵਾੜਾ ਸਤਨਾਮਪੁਰਾ, ਅਤੇ 9 ਤੋਂ 1 ਇਹਦਾ ਟਾਈਮਿੰਗ ਹੈਗੇ ਆ, ਅਤੇ ਸਾਡੇ ਕਾਬਿਲ ਡਾਕਟਰਾਂ ਦੀ ਟੀਮ ਇੱਥੇ ਹੋਏਗੀ, ਅਤੇ ਉਸ ਵੇਲੇ ਦੇ ਟਾਈਮ 'ਚ ਜਿੰਨੇ ਆ ਕੇ ਆਪਣਾ ਆਧਾਰ ਕਾਰਡ ਅਤੇ ਆਯੁਸ਼ਮਾਨ ਕਾਰਡ ਜੇਕੋ ਹੈਗਾ ਉਹ ਜ਼ਰੂਰ ਲੈ ਕੇ ਆ। ਇਹ ਸਿਰਫ ਫਗਵਾੜੇ ਦੇ ਜਾਂ ਨਾਲ ਲੱਗਦੇ ਪਿੰਡਾਂ ਦੇ ਲੋਕ ਆ ਕੇ ਟੈਸਟ ਕਰਾ ਸਕਦੇ ਜਾਂ ਆਲੇ ਦੁਆਲੇ ਦੇ ਹੋਰ ਜਿਨ੍ਹਾਂ ਨੇ ਵੀ ਇਹ ਨਿਊਜ਼ ਦੇਖੀ ਹੈ, ਜੇ ਉਹਨਾਂ ਨੂੰ ਅੱਖਾਂ 'ਚ ਪ੍ਰੋਬਲਮ ਹੈ ਅਤੇ ਉਹ ਆਧਾਰ ਕਾਰਡ ਲੈ ਕੇ ਇੱਥੇ ਤੁਹਾਨੂੰ ਕੰਟੈਕਟ ਕਰ ਸਕਦੇ? ਹਾਂਜੀ ਬਿਲਕੁਲ ਕਰ ਸਕਦੇ, ਜ਼ਰੂਰੀ ਨਹੀਂ ਫਗਵਾੜੇ ਦੇ, ਸਾਨੂੰ ਇੱਥੋਂ ਅੰਮ੍ਰਿਤਸਰ ਆਸੇ ਪਾਸੇ ਲੁਧਿਆਣੇ ਤੋਂ ਹੁਸ਼ਿਆਰਪੁਰੋਂ ਵੀ ਫੋਨ ਆਉਂਦੇ ਆ। ਜਿਹੜਾ ਪੇਸ਼ੈਂਟ ਪਹੁੰਚ ਸਕਦਾ ਸਾਡੇ ਕੋਲ, ਇੰਨੇ ਮਾਧਿਅਮ ਨਹੀਂ ਹੈਗੇ ਕਿ ਅਸੀਂ ਆਪਣੀ ਕੁਛ ਭੇਜ ਕੇ ਉਹਨਾਂ ਨੂੰ ਮੰਗਾ ਲਈਏ, ਰੱਬ ਕਰੂਗਾ ਉਹ ਵੀ ਆ ਜਾਣਗੇ, ਪਰ ਜੇ ਕੋਈ ਆ ਸਕਦਾ, ਕੋਈ ਵੀ ਆ ਸਕਦਾ ਆਪਣਾ ਆਧਾਰ ਕਾਰਡ ਲੈ ਕੇ ਜਿਹਨੂੰ ਲੱਗਦਾ ਕਿ ਉਹਦੀ ਅੱਖਾਂ 'ਚ ਪ੍ਰੋਬਲਮ। ਲਗਾਤਾਰ ਇਹ ਤੁਹਾਡੇ ਵੱਲੋਂ ਦੂਜਾ ਕੈਂਪ ਲਗਾਇਆ ਜਾ ਰਿਹਾ, ਪਹਿਲੇ ਕੈਂਪ ਦੀਆਂ ਕੁਝ ਯਾਦਾਂ ਹੋਣਗੀਆਂ, ਕਿੰਨੇ ਕੁ ਪੇਸ਼ੈਂਟ ਆਏ, ਕਿੱਦਾਂ ਚੈੱਕ ਕੀਤਾ, ਕੀ ਉਹਦਾ ਵੇਰਵਾ ਦਿਓ? ਹਾਂਜੀ, ਪਹਿਲਾ ਕੈਂਪ ਜਦੋਂ ਲਵਾਇਆ ਸੀ ਅਸੀਂ ਵੀ ਥੋੜ੍ਹੇ ਪਹਿਲੀ ਵਾਰ ਇਹ ਚੀਜ਼ ਕੀਤੀ ਸੀਗੀ, ਸੋ ਥੋੜ੍ਹਾ ਆਪਾਂ ਦੇਖਿਆ ਕਿ ਹਾਂ ਅਸੀਂ ਕਿੱਥੇ ਕਿੱਥੇ ਗਲਤੀਆਂ ਕੀਤੀਆਂ, ਸਿੱਖਿਆ ਉਹਨੂੰ ਇਸ ਵਾਰ ਪੂਰਾ ਕੀਤਾ, ਅਤੇ ਉਦੋਂ ਵੀ ਲੋਕਾਂ ਨੇ ਬਹੁਤ ਸਾਥ ਦਿੱਤਾ, 500 ਲੋਕ ਅਸੀਂ ਰਜਿਸਟਰ ਕੀਤੇ ਸੀਗੇ, ਅਤੇ ਅਸੀਂ ਉੱਥੋਂ 150 ਬੰਦਿਆਂ ਦਾ ਪੇਸ਼ੈਂਟ ਸਾਡੇ ਡਿਟੈਕਟ ਹੋਏ ਸੀਗੇ, ਜਿਹਨਾਂ ਦਾ ਇਲਾਜ ਸ਼ੰਕਰ ਆਏ ਹੋਸਪਿਟਲ ਲੁਧਿਆਣਾ ਕਰਾਇਆ ਸੀ। ਯੂਥ ਵੁਆਇਜ਼ ਫਾਊਂਡੇਸ਼ਨ ਦੇ ਕੋਈ ਜਿਹੜੇ ਪਿਛਲੇ ਹੋਰ ਇਸ ਤੋਂ ਇਲਾਵਾ ਕਿਹੜੇ ਸਮਾਜ ਦੇ ਕੰਮ ਆ ਜਿਹੜੇ ਤੁਸੀਂ ਅੱਜ ਕਰ ਰਹੇ ਹੋ ਜਾਂ ਕੀਤੇ ਹੋਏ ਆ? ਇਸ ਤੋਂ ਇਲਾਵਾ ਦੇਖੋ ਸਾਡਾ ਇਹ ਤਾਂ ਦੂਜਾ ਕੈਂਪ ਹੈ, ਪਰ ਜਿਹੜੀ ਸਾਡੀ ਸੰਸਥਾ ਪਿਛਲੇ 4 ਸਾਲ ਤੋਂ ਕੰਮ ਕਰ ਰਹੀ ਹੈ, ਅਸੀਂ ਲੰਗਰ ਸੇਵਾ ਦੀ ਵਰਤਾਓ ਕਰਦੇ ਹਾਂ ਜੀ ਫਗਵਾੜਾ ਸਿਵਲ ਹੋਸਪਿਟਲ ਜਲੰਧਰ 150 ਪੇਸ਼ੈਂਟ ਲਈ, ਅਤੇ 2 ਹਫ਼ਤੇ 'ਚ 2 ਵਾਰ ਜਲੰਧਰ ਫਗਵਾੜਾ, ਫਿਰ ਆਪਾਂ ਕਿੰਨੀ ਬੱਚੀਆਂ ਦਾ ਸਕਿੱਲਡ ਜਿਹੜਾ ਹੁੰਦਾ 3-3 ਮਹੀਨੇ ਦਾ 4-4 ਮਹੀਨੇ ਦਾ ਕੋਰਸ ਆ, ਘੱਟੋ ਘੱਟ 300 ਕੁੜੀਆਂ ਦਾ ਸਾਡੇ ਕੋਲ ਰਿਕਾਰਡ ਆ ਜਿਨ੍ਹਾਂ ਨੂੰ ਅਸੀਂ ਟ੍ਰੇਨਿੰਗ ਦਿੱਤੀ ਹੈ, 100 ਬੱਚਿਆਂ ਦੇ ਕੋਲ ਅਸੀਂ ਸਾਡੇ ਬੱਚੇ ਆ ਜਿਹੜੇ ਸਟੂਡੈਂਟਸ ਮਾੜੇ ਘਰਾਂ ਦੇ ਜਿਹੜੇ ਬਿਲੋਂਗ ਕਰਦੇ ਉਹਨਾਂ ਦੀ ਅਸੀਂ ਫੀਸਾਂ ਦੇ ਰਹੇ ਹਾਂ, ਰੋ ਰਾਸ਼ਨ ਅਸੀਂ ਪਾ ਦਿੰਦੇ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਹੁੰਦੀ ਹੈ, ਮੈਡੀਕਲ ਇਲਾਜ ਕਰਾਈਦਾ ਜੇ ਆਪਰੇਸ਼ਨ ਹੋਵੇ, ਦਵਾਈਆਂ ਦੇਈਦੀਆਂ, ਫਿਰ ਜੇ ਕਿਸੇ ਦਾ ਵਿਆਹ ਆ ਉਹਦੇ ਵਿੱਚ ਹੈਲਪ ਕਰੀਦੀ, ਪਰ ਸਾਡਾ ਇੱਕ ਆ ਕਿ ਅਸੀਂ ਪੈਸੇ ਹੱਥ 'ਚ ਨਹੀਂ ਫੜਾਈਦੇ, ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਸਾਡੀ ਟੀਮ ਦਾ ਮੈਂਬਰ ਜਾਵੇ, ਵਿਜ਼ਿਟ ਕਰੇ, ਵੇਰੀਫਾਈ ਕਰੇ, ਕਿਉਂਕਿ ਜਿਹੜੀ NGO ਹੈ, NGO ਮੈਂ ਕਹਾਂ ਕਿ ਮੇਰੇ ਪੈਸੇ ਨਾਲ ਚੱਲਦੀ ਪਈ ਹੈ, ਅਤੇ ਇਹ ਗਲਤ ਸਹੀ ਨਹੀਂ ਹੈਗਾ, ਕਿਉਂਕਿ NGO ਲੋਕਾਂ ਦੇ ਸਹਿਯੋਗ ਨਾਲ ਚੱਲਦੀ ਹੈ, ਅਤੇ ਜੇ ਲੋਕਾਂ ਦੇ ਪੈਸਾ ਸਾਨੂੰ ਕੋਈ ਦਿੰਦਾ ਕਿ ਹਾਂਜੀ ਇੱਥੇ ਲਾਉਣ ਨੂੰ ਆ, ਉਹ ਸਹੀ ਜਗ੍ਹਾ ਲੱਗਣਾ ਚਾਹੀਦਾ, ਅਤੇ ਸਾਡਾ ਫਰਜ਼ ਆ ਕਿ ਅਸੀਂ ਪੂਰਾ ਵੇਰੀਫਾਈ ਕਰਕੇ ਅਤੇ ਸਹੀ ਬੰਦਿਆਂ ਤੱਕ ਉਹਨਾਂ ਦੀ ਹੈਲਪ ਚਾਹੀਏ, ਸੋ ਸਾਡੀ ਇਹ ਕੰਮ ਜਾਰੀ ਰਹੇਗਾ।